ਅੱਜ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤਪ ਦੀ ਲੁਕਾਈ ਨੂੰ ਠਾਰਨ ਲਈ। ਅੰਮ੍ਰਿਤ ਵੇਲੇ ਆਪਣਾ ਅਹਿਲੇ ਕਲਾਮ ਸਾਡੀ ਝੋਲੀ ਚ ਬਖਸ਼ਿਆ ਹੈ, ਹਜ਼ੂਰ ਪਿਤਾ ਕਿਰਪਾ ਕਰਨ ਆਪ ਵਰਤ ਕੇ ਆਪਣੀਆਂ ਵਿਚਾਰਾਂ ਆਪ ਕਰਵਾ ਲੈਣ। ਵਿਚਾਰਾਂ ਦੀ ਰੰਭਤਾ ਤੋਂ ਪਹਿਲਾਂ ਕੋਈ ਰਸਨਾ ਵਾਂਝੀ ਨਾ ਰਹੇ, ਅਦਬ ਪਿਆਰ ਸਤਿਕਾਰ ਨਾਲ ਫਤਿਹ ਪਰਿਵਾਰ ਨੂੰ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਿਲਾ ਪੰਜਵਾਂ, ਅਬਿਨਾਸ਼ੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕੋ ਬਰਤਨਾ, ਬਿਰਲਾ ਪਾਵੈ ਕੋਈ। ਇਹ ਮੁਕੱਦਸ ਬੋਲ ਪੰਜਵੇਂ ਪਾਤਸ਼ਾਹ ਦੇ ਨੇ। ਅਬਿਨਾਸ਼ੀ ਉਹ ਨਾਸ਼ ਰਹਿਤ ਪ੍ਰਭੂ ਜੀਵਨ ਕੋ ਦਾਤਾ, ਪੂਰੀ ਸ੍ਰਿਸ਼ਟੀ ਨੂੰ ਦਾਤਾ ਦੇਣ ਵਾਲਾ, ਸਿਮਰਤ ਸਭ ਮਲ ਤੇ ਸਭ ਤੋਂ ਵੱਡਾ ਗੁਣ ਉਸ ਪ੍ਰਭੂ ਦਾ ਜਿੰਨੇ ਵੀ ਉਹਦਾ ਨਾਮ ਜਪਿਆ, ਉਹਦਾ ਹਿਰਦਾ ਵਿਕਾਰਾਂ ਤੋਂ ਰਹਿਤ ਹੋ ਗਿਆ, ਮੈਲ ਤੋਂ ਰਹਿ ਰਹਿ ਕੋਸ਼ਿਸ਼ ਕਰੀਏ ਇਸ ਪਾਵਨ ਬੋਲ ਦੀ ਗਹਿਰਾਈ ਵਿੱਚ ਜਾਣ। ਜੋ ਪਾਤਸ਼ਾਹ ਨੇ ਸਭ ਤੋਂ ਵੱਡਾ ਗੁਣ ਉਸ ਪਰਮਾਤਮਾ ਦਾ ਬਿਆਨ ਕੀਤਾ ਹੈ ਵੀ ਜਿੰਨੇ ਜਿੰਨੇ ਵੀ ਪਰਮਾਤਮਾ ਦਾ ਨਾਮ ਜਪਿਆ ਨਾ, ਉਹਦਾ ਮਨ ਵਿਕਾਰਾਂ ਤੋਂ ਰਹਿਤ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ। ਇੱਕ ਗੱਲ ਨਾਲ ਐਡ ਕਰ ਲਈਏ, ਸਾਡੇ ਜਿਹਨ ਵਿੱਚ ਇੱਕ ਖਿਆਲ ਉੱਠਦਾ ਵੀ ਮੈਲ ਹੁੰਦੀ ਕੀ ਹੈ, ਕਿਤਰੇ ਕੋਈ ਕੱਪੜਿਆਂ ਵਾਲੇ ਮੈਲ ਤੇ ਨਹੀਂ, ਜਾਂ ਉਹਦਾ ਕੋਈ ਧੂੜ ਮਿੱਟੀ ਤੇ ਨਹੀਂ ਜਿਹੜੇ ਸਾਡੇ ਮਨ ਨੂੰ ਲੱਗੀ ਹੈ। ਇੱਕ ਸਵਾਲ ਸਾਡੇ ਜਿਹਨ ਵਿੱਚ ਉੱਠਦਾ ਖਿਆਲ ਰੱਖਿਆ ਜੇ ਮਨ ਦੇ ਵਿੱਚ ਮਾੜੇ ਪੁਰਨੇ ਉੱਠਨੇ ਵਿਕਾਰ ਉੱਠਨੇ ਹੀ ਅਸਲ ਦੇ ਵਿੱਚ ਮੈਲ, ਕੋਈ ਹੋਰ ਮੈਲ ਨਹੀਂ। ਤੁਹਾਡੀ ਸੋਚ ਹੀ ਤੁਹਾਨੂੰ ਦੱਸੇਗੀ ਵੀ ਤੁਹਾਡਾ ਮਨ ਮੈਲ ਨਾਲ ਭਰਿਆ ਜਾਂ ਮੈਲ ਭਰਿਆ ਹੈ। ਇੱਕ ਗੱਲ ਦਾ ਖਿਆਲ ਰੱਖਿਆ ਜੇ ਸੰਸਾਰ ਦੇ ਵਿੱਚ ਪਰਮਾਤਮਾ ਨੇ ਜੋ ਪੈਦਾ ਕਰਨਾ ਸੀ ਨਾ, ਭਾਵੇਂ ਗੰਧ ਸੁਗੰਧ ਰੂਪ ਰੰਗ
ਜੋ ਵੀ ਕੌਤਕ ਨੇ ਜੋ ਵੀ ਲੀਲਾ ਉਹ ਪਰਮਾਤਮਾ ਨੇ ਇੱਕੋ ਵਾਰ ਪੈਦਾ ਕਰ ਦਿੱਤੀ ਹੈ। ਬਸ ਫਰਕ ਇੱਥੇ ਹੈ ਵੀ ਬੰਦਾ ਇਹ ਸੰਸਾਰ ਦੇ ਪ੍ਰਤੀ ਆਪਣਾ ਨਜ਼ਰੀਆ ਕਿਵੇਂ ਰੱਖੇ। ਬਸ ਫਰਕ ਇੱਥੇ ਹੈ ਵੀ ਬੰਦਾ ਸੰਸਾਰ ਨੂੰ ਕਿਹੜੇ ਨਜ਼ਰਾਂ ਦੇ ਨਾਲ ਵੇਖ ਰਿਹਾ, ਕਿਉਂਕਿ ਸੰਸਾਰ ਦੇ ਵਿੱਚ ਤੁਹਾਨੂੰ ਰੂਪ ਵੀ ਮਿਲੇਗੀ, ਤੁਹਾਨੂੰ ਸੁਗੰਧ ਵੀ ਮਿਲੇਗੀ, ਤੁਹਾਨੂੰ ਦੁਰਗੰਧ ਵੀ ਮਿਲੇਗੀ। ਇਹ ਸੁਭਾਵਿਕ ਗੱਲਾਂ ਤੁਹਾਡਾ ਮਨ ਇਸ ਸੰਸਾਰ ਦੇ ਰੂਪ ਨੂੰ ਵੇਖ ਕੇ ਕਿਹੋ ਜਿਹਾ ਰੂਪ ਅਖਤਿਆਰ ਕਰਦਾ, ਗੱਲ ਸਿਰਫ ਇੱਥੇ ਟੁੱਕਦੀ ਹੈ। ਜੇ ਰੂਪ ਨੂੰ ਵੇਖ ਕੇ, ਰੰਗ ਨੂੰ ਵੇਖ ਕੇ, ਸੁਗੰਧ ਨੂੰ ਵੇਖ ਕੇ ਤੁਹਾਡਾ ਮਨ ਟਿਕਾਓ ਦੇ ਵਿੱਚ, ਸਮਝ ਲਓ ਫਿਰ ਮੈਲ ਰਹਿ ਰਹਿ ਇਹਨੂੰ ਮੈਲ ਨਹੀਂ। ਮੈਂ ਰਮਤਾ ਚ ਬੇਨਤੀ ਕਰਕੇ ਆਇਆ ਵਾ, ਤੁਹਾਡਾ ਮਨ ਹੀ ਤੁਹਾਨੂੰ ਦੱਸੇਗਾ ਵੀ ਤੁਹਾਡਾ ਮਨ ਮੈਲ ਨਾਲ ਭਰਿਆ ਜਾਂ ਮੈਲ ਤੋਂ ਰਹਿ ਰਹਿ। ਤੇ ਨਾਲ ਹੀ ਇਹ ਕੋਈ ਮੈਲ, ਕੋਈ ਧੂੜ ਮਿੱਟੀ ਜਾਂ ਕੋਈ ਹੋਰ ਮੈਲ ਨਹੀਂ ਹੈ। ਜਿਹੜੀ ਮੈਲ ਕੱਪੜਿਆਂ ਨੂੰ ਲੱਗਦੀ ਹੈ ਉਹੀ ਮੈਲ ਮਨ ਨੂੰ ਲੱਗਦੀ ਹੈ, ਨਹੀਂ ਇਹ ਭੁਲੇਖ ਹੈ। ਅਸਲ ਦੇ ਵਿੱਚ ਤੁਹਾਡੀ ਸੋਚ, ਤੁਹਾਡੇ ਫੁਰਨੇ ਇਹੀ ਮੈਲ ਹੈ। ਹੁਣ ਇੱਕ ਬੇਨਤੀ ਮੈਂ ਨਾਲ ਹੋਰ ਕਰਨੀ ਹੈ, ਜੋ ਪਾਤਸ਼ਾਹ ਇੱਥੇ ਬੋਲ ਕਹੇ ਨੇ, ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਕੋਈ। ਵੀ ਜਿੰਨੇ ਜਿੰਨੇ ਵੀ ਪਰਮਾਤਮਾ ਦਾ ਨਾਮ ਜਪਿਆ ਉਹਦਾ ਮਨ ਮੈਲ ਤੋਂ ਰਹਿਤ ਹੋ ਗਿਆ। ਇਹ ਸੱਚਾਈ ਹੈ। ਆਪਾਂ ਪਰਸੋਂ ਵੀ ਬੇਨਤੀ ਕੀਤੀ ਸੀ ਵੀ ਜੇ ਬੱਚੇ ਦੇ ਹੱਥ ਵਿੱਚ ਖੜਾਉਣਾ ਨਾ ਇੱਕ, ਜੇ ਬੱਚੇ ਦੇ ਹੱਥ ਵਿੱਚੋਂ ਉਹ ਖਿਡੌਣਾ ਖੋਣਾ ਤੇ ਸਾਨੂੰ ਉਹਦੀ ਜਗ੍ਹਾ ਤੇ ਦੂਜਾ ਖਿਡੌਣਾ ਉਹਦੇ ਹੱਥ ਵਿੱਚ ਪਕੜਾਉਣਾ ਪਵੇਗਾ। ਜੇ ਬੱਚੇ ਨੇ ਆਪਣੇ ਹੱਥ ਦੇ ਵਿੱਚ ਕੋਈ ਨੁਕੀਲੀ ਪਦਾਰਥ ਪਕੜ ਲਿਆ ਤੇ ਜੇ ਉਹ ਪਦਾਰਥ ਬੱਚੇ ਦੇ ਹੱਥ ਵਿੱਚੋਂ ਖੋਣਾ, ਸਾਨੂੰ ਦੂਜਾ ਪਦਾਰਥ ਉਹਦੇ ਹੱਥ ਵਿੱਚ ਪਕੜਾਉਣਾ ਪਵੇਗਾ ਵੀ ਤਾਂ ਕਿ ਉਹਦਾ ਮਾਈਂਡ ਸੈੱਟ ਹੋ ਜਾਵੇ ਵੀ ਹਾਂ ਮੇਰੇ ਕੋਲ ਜੇ ਇੱਕ ਚੀਜ਼ ਖੋਈ ਹੈ ਤੇ ਮੈਨੂੰ ਦੂਜੀ ਚੀਜ਼ ਪਕੜਾ ਵੀ ਦਿੱਤੀ ਹੈ। ਜੇ ਤੁਹਾਡੇ ਮਾਈਂਡ ਦੇ ਵਿੱਚ ਵਿਕਾਰ ਨੇ, ਜੇ ਤੁਹਾਡੇ ਮਾਈਂਡ ਦੇ ਵਿੱਚ ਮੈਲ ਹੈ, ਜੇ ਇਸ ਮੈਲ ਨੂੰ ਕੱਢਣਾ ਨਾ ਤੇ ਯਾਦ ਰੱਖਿਆ ਜੀ ਇਹਦੀ ਜਗ੍ਹਾ ਦੇ ਉੱਤੇ ਤੁਹਾਨੂੰ ਸ਼ਬਦ ਪਾਉਣਾ ਪਵੇਗਾ। ਸ਼ਬਦ ਤੋਂ ਬਿਨਾਂ ਕਦੀ ਵੀ ਤੁਹਾਡਾ ਮਾਈਂਡ ਸਾਫ ਨਹੀਂ ਹੋ ਸਕਦਾ। ਇਹ ਰਿਐਲਿਟੀ ਹੁਣ ਤਾਂ ਗੁਰੂ ਨਾਨਕ ਪਾਤਸ਼ਾਹ ਸ਼੍ਰੀ ਲੰਕਾ ਗਏ, ਮੈਂ ਇਤਿਹਾਸ ਦੇ ਵਿਚਾਰ ਨੂੰ ਸੌਖਾ ਕਰਦਾ। ਸ਼੍ਰੀ ਲੰਕਾ ਦੇ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਰਖਿਆ। ਪਰਖਿਆ ਕਾਦੇ ਨਾਲ? ਰੂਪ ਦੇ ਨਾਲ ਵੀ ਸ਼ਾਇਦ ਆਮ ਮਨੁੱਖ ਹੈ, ਸੰਸਾਰ ਤੋਂ ਆਇਆ, ਬਦਲ ਜਾਏਗਾ।
ਕਿਉਂਕਿ ਨੋਰਮਲੀ ਗੱਲ ਹੈ, ਸੰਸਾਰ ਦਾ ਭਾਵੇਂ ਰੂਪ ਹੈ, ਸੰਸਾਰ ਦੀ ਭਾਵੇਂ ਸੁਗੰਧ ਹੈ, ਮਨੁੱਖ ਨੂੰ ਪ੍ਰਭਾਵਿਤ ਜ਼ਰੂਰ ਕਰਦੀ ਹੈ। ਇਸੇ ਲਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਬਦਲਣ ਵਾਸਤੇ ਇੱਕ ਸੰਗੀਤ ਦਾ ਸਹਾਰਾ ਲਿਆ, ਇੱਕ ਨਾਟਕ ਦਾ ਕੌਤਕ ਦਾ ਸਹਾਰਾ ਲਿਆ। ਸੰਗੀਤ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਕੋਲ ਰਬਾਬ ਰੱਖੀ, ਤੇ ਖਲਕਤ ਨੂੰ ਸਮਝਾਉਣ ਵਾਸਤੇ ਆਮ ਗੁਰੂ ਨਾਨਕ ਪਾਤਸ਼ਾਹ ਨਾਟਕ ਇੱਕ ਡਰਾਮਾ ਇੱਕ ਕੌਤਕ ਰਚਿਆ ਕਰਦੇ ਸਨ। ਉਹਨਾਂ ਹਰਿਦੁਆਰ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬਦਲਿਆ, ਜਦੋਂ ਪਾਣੀ ਦਿੱਤਾ ਆਪਣੇ ਪਿੰਡ ਵਾਲੇ ਪਾਸੇ, ਉਹ ਵੀ ਤੇ ਇੱਕ ਨਾਟਕ ਸੀ ਨਾ। ਇਸ ਤੋਂ ਵੱਧ ਕੁਛ ਹੁਣ ਜਦੋਂ ਸ਼੍ਰੀ ਲੰਕਾ ਦੇ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪਰਖਿਆ ਕਿ ਸਭ ਤੋਂ ਪਹਿਲਾਂ ਇੱਕੋ ਮਨ ਵਿੱਚ ਉਹਦੇ ਖਿਆਲ ਆਇਆ ਵੀ ਸੰਸਾਰੀ ਜੀਵ ਹੈ, ਸ਼ਾਇਦ ਰੂਪ ਨੂੰ ਵੇਖ ਕੇ ਬਦਲ ਜਾਏ। ਸੰਸਾਰ ਤੋਂ ਆਇਆ, ਰੂਪ ਵੇਖਦਾ ਆਇਆ, ਤੇ ਜੇ ਇਹਦੇ ਸਾਹਮਣੇ ਨਚਾਵਾਂਗੇ, ਇਹਦੇ ਸਾਹਮਣੇ ਇਸਤਰੀਆਂ ਭੇਜਾਂਗੇ, ਇਹ ਬਦਲ ਜਾਏ ਉਹਦੇ ਮਨ ਦਾ ਖਿਆਲ। ਜਦੋਂ ਸ਼੍ਰੀਲੰਕਾ ਦੇ ਰਾਜੇ ਨੇ ਬੀਬੀਆਂ ਨੂੰ ਭੇਜਿਆ ਨਾ, ਇਸਤਰੀਆਂ ਨੂੰ, ਵੀ ਜਾਓ ਤੇ ਨਾਚ ਕਰੋ, ਤੁਹਾਡਾ ਰੂਪ ਵੇਖ ਕੇ ਬਦਲਦਾ ਜਾਂ ਨਹੀਂ ਬਦਲਦਾ ਵੇਖੋ, ਵੀ ਬਾਕੀ ਗੁਰੂ ਨਾਨਕ ਪਾਤਸ਼ਾਹ ਹੈ ਜਾਂ ਕੋਈ ਆਮ ਸੰਸਾਰੀ ਜੀਵ ਹੈ। ਜਦੋਂ ਉਹਨਾਂ ਨੱਚਣਾ ਸ਼ੁਰੂ ਕੀਤਾ ਨਾ, ਤੇ ਗੁਰੂ ਨਾਨਕ ਪਾਤਸ਼ਾਹ ਇੱਕੋ ਬੋਲ ਕੇ ਨੇ, ਗਾਛੋ ਪੁੱਤਰੀ ਰਾਜ ਕੁਆਰ, ਨਾਮ ਪਣੋ ਸਤ ਦੋਤ ਸੁਆਰ, ਵੀ ਹੇ ਪੁੱਤਰੀਓ, ਵੀ ਅੰਮ੍ਰਿਤ ਵੇਲਾ ਹੋ ਗਿਆ, ਇਸ ਪਰਮਾਤਮਾ ਦੀ ਬੰਦਗੀ ਕਰੋ। ਮੈਂ ਫਿਰ ਉਸੇ ਵਿਸ਼ੇ ਤੇ ਆ ਰਿਹਾ, ਜੋ ਗੰਧ ਸੁਗੰਧ ਰੂਪ ਰੰਗ ਪਰਮਾਤਮਾ ਨੇ ਪੈਦਾ ਕਰਨਾ ਸੀ ਸੰਸਾਰ ਵਿੱਚੋਂ ਪੈਦਾ ਕਰ ਦਿੱਤਾ, ਇਹ ਗੱਲ ਦਾ ਖਿਆਲ ਰੱਖਿਆ। ਬਸ ਉਸ ਰੂਪ ਨੂੰ, ਉਸ ਰੰਗ ਨੂੰ, ਉਸ ਗੰਧ ਨੂੰ, ਉਸ ਗੰਧ ਨੂੰ ਮਨੁੱਖ ਨੂੰ ਵੇਖ ਕੇ, ਮਨੁੱਖ ਉਹਨਾਂ ਨੂੰ ਵੇਖ ਕੇ ਆਪਣੇ ਮਨ ਤੇ ਕਿਹੋ ਜਿਹਾ ਅਸਰ ਕਬੂਲ ਰਿਹਾ, ਗੱਲ ਤੇ ਸਿਰਫ ਉਹ ਜੀ ਡਿਪੈਂਡ ਕਰਦੀ ਆ। ਹੁਣ ਸੰਸਾਰ ਦੇ ਵਿੱਚ ਰੂਪ ਹੈ, ਤੁਸੀਂ ਰੂਪ ਨੂੰ ਥੋੜਾ ਖਤਮ ਕਰ ਸਕਦੇ, ਨਾ ਹੀ ਤੁਸੀਂ ਗੰਧ ਨੂੰ ਖਤਮ ਕਰ ਸਕਦੇ, ਨਾ ਹੀ ਤੁਸੀਂ ਗੰਧ ਨੂੰ ਖਤਮ ਕਰ ਸਕਦੇ। ਬਸ ਤੁਹਾਡਾ ਮਨ ਉਸ ਰੂਪ ਰੰਗ ਨੂੰ ਵੇਖ ਕੇ ਕਿਹੋ ਜਿਹਾ ਰੂਪ ਧਾਰਨ ਕਰ ਰਿਹਾ, ਗੱਲ ਤੇ ਇੱਥੇ ਮੁੱਕਦੀ ਹੈ। ਤੇ ਗੱਲ ਦਾ ਮੈਂ ਜ਼ਿਕਰ ਕਰ ਚੁੱਕਿਆ ਵਾਂ, ਜੇ ਬੱਚੇ ਦੇ ਹੱਥ ਵਿੱਚ ਖੜੋਣਾ ਖੋਣਾ ਹੈ ਨਾ, ਤੇ ਬੱਚੇ ਨੂੰ ਹੱਥ ਦੇ ਵਿੱਚ ਦੂਜਾ ਖੜੋਣਾ ਦੇਣਾ ਪਵੇਗਾ, ਇਹ ਬੱਚੇ ਚੁੱਪ ਨਹੀਂ ਕਰਨੇ। ਜੇ ਤੁਹਾਡੇ ਮਨ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕੋ ਹੀ ਵਿਚਾਰ ਚੱਲਦੇ ਨੇ, ਭਾਵੇਂ ਕ੍ਰੋਧ ਦੇ ਚੱਲਦੇ ਨੇ, ਭਾਵੇਂ ਕਾਮ ਦੇ ਚੱਲਦੇ ਨੇ, ਭਾਵੇਂ ਈਰਖਾ ਦੇ ਚੱਲਦੇ ਨੇ, ਯਾਦ ਰੱਖਿਆ ਜੇ ਉਹਨਾਂ ਨੂੰ ਖਤਮ ਕਰਨ ਵਾਸਤੇ ਉਹਨਾਂ ਦੀ ਜਗ੍ਹਾ ਤੇ ਤੁਹਾਨੂੰ ਉੱਥੇ ਸ਼ਬਦ ਰੱਖਣਾ ਪਵੇਗਾ, ਸ਼ਬਦ, ਕਿਉਂਕਿ ਸੁਭਾਵਿਕ ਗੱਲਾਂ
ਇਹ ਸਾਇੰਸ ਵੀ ਮੰਨਦੀ ਹੈ। ਫਰਜ ਕਰੋ ਬਤੌਰ ਐਗਜ਼ਾਮਪਲ ਆਪਾਂ ਸਮਝ ਲਈਏ, ਜੇ ਤੁਹਾਡਾ ਕਿਸੇ ਪ੍ਰਾਣੀ ਦੇ ਨਾਲ ਝਗੜਾ ਹੋ ਗਿਆ ਕਿਸੇ ਵੀ ਗੱਲ, ਇਹ ਗੱਲਾਂ ਤੁਸੀਂ ਆਮ ਤੌਰ ਤੇ ਨੋਟ ਕਰਦੇ ਹੋ ਆਪਣੇ ਜੀਵਨ ਚ, ਜੇ ਤੁਹਾਡਾ ਕਿਸੇ ਪ੍ਰਾਣੀ ਦੇ ਨਾਲ ਝਗੜਾ ਹੋ ਗਿਆ ਨਾ, ਤੁਹਾਨੂੰ ਉਹਦੇ ਤੇ ਬੜਾ ਗੁੱਸਾ ਆਵੇਗਾ, ਬੜਾ ਜ਼ਿਆਦਾ। ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਉਹਦੇ ਬਾਰੇ ਸੋਚਦੇ ਰਹੋ ਵੀ ਇਹਨੇ ਮੇਰੇ ਨਾਲ ਇਵੇਂ ਕਿਉਂ ਕੀਤਾ, ਇਹਨੇ ਮੇਰੇ ਨਾਲ ਇਵੇਂ ਕਿਉਂ ਕੀਤਾ। ਇਵਨ ਇੱਥੋਂ ਤੱਕ ਰਾਤ ਨੂੰ ਜਦੋਂ ਬੰਦਾ ਬੈੱਡ ਤੇ ਲੇਟ ਜਾਂਦਾ ਨਾ ਆਰਾਮ ਦੀ ਅਵਸਥਾ ਵਿੱਚ, ਤੇ ਤੁਸੀਂ ਆਪ ਕਈ ਵਾਰੀ ਵੇਖਿਆ ਹੋਵੇਗਾ ਬੰਦਾ ਲੰਮਾ ਪਿਆ ਪਿਆ ਵੀ ਗੱਲਾਂ ਕਰੀ ਜਾਂਦਾ, ਲੜੀ ਆਈ ਦਿਮਾਗ ਦੇ ਅੰਦਰ ਉਹੀ ਗੱਲਾਂ ਚੱਲਣਗੀਆਂ, ਜੇ ਮੇਰੇ ਸਾਹਮਣੇ ਆ ਗਿਆ ਮੈਨੂੰ ਕੀ ਆ। ਹਾਲਾਂਕਿ ਉਹ ਬੈੱਡ ਦੇ ਉੱਤੇ ਲੰਮਾ ਪਿਆ ਬਿਲਕੁਲ ਆਰਾਮ ਦੀ ਅਵਸਥਾ ਦੇ ਵਿੱਚ। ਹੁਣ ਇਹੀ ਗੱਲ ਅਧਿਆਤਮਿਕ ਜੀਵਨ ਤੇ ਆ ਕੇ ਟੁੱਕਦੀ ਹੈ। ਜਿਹੜਾ ਤੇ ਮਾਇੰਡ ਸ਼ਬਦ ਤੋਂ ਬਿਲਕੁਲ ਖਾਲੀ ਹੈ, ਬਿਲਕੁਲ ਉੱਥੇ ਕੱਖ ਨਹੀਂ, ਤੇ ਜੇ ਤੇ ਉਹਨੇ ਸੰਸਾਰ ਦੇ ਰੂਪ ਨੂੰ ਵੇਖ ਲਿਆ, ਸੰਸਾਰ ਦੇ ਰੰਗ ਨੂੰ ਵੇਖ ਲਿਆ, ਸੰਸਾਰ ਦੀ ਸੁਗੰਧ ਨੂੰ ਵੇਖ ਲਿਆ, ਦੁਰਗੰਧ ਨੂੰ ਵੇਖ ਲਿਆ, ਉਹ ਸਾਰੇ ਰੂਪ ਰੰਗ ਬੰਦੇ ਦੇ ਮਾਇੰਡ ਦੇ ਉੱਤੇ ਅਸਰ ਕਰਨ, ਬਸ ਬਸ ਸਾਰਾ ਦਿਨ ਬੰਦਾ ਉਹੀ ਗੱਲਾਂ ਸੋਚੇਗਾ, ਉਹੀ ਅੰਦਰ ਫਿਲਮ ਬਣਾਈ ਜਾਏਗਾ, ਉਹੀ ਅੰਦਰ ਪਿਕਚਰ ਬਣਾਈ ਜਾਵੇਗਾ। ਲੇਕਿਨ ਮੈਂ ਬੇਨਤੀ ਕਰਦਿਆਂ ਵੀ ਜੇ ਆਰੰਭਤਾ ਜਪਜੀ ਸਾਹਿਬ ਤੋਂ ਹੋ ਜਾਵੇ, ਜੇ ਆਪਣੇ ਦਿਮਾਗ ਦੇ ਅੰਦਰ ਜਪਜੀ ਸਾਹਿਬ ਨੂੰ ਸਵੇਰੇ ਸਵੇਰੇ ਬਿਠਾ ਲਵੇ, ਕਿਉਂਕਿ ਕਨਸੈਪਟ ਅੰਮ੍ਰਿਤ ਵੇਲੇ ਦਾ ਆਰੰਭ ਇੱਥੋਂ ਹੀ ਹੋਇਆ, ਕਿਉਂਕਿ ਗੁਰਬਾਣੀ ਜਿੰਨੀ ਸਮਾਜਿਕ ਹੈ, ਜਿੰਨੀ ਧਾਰਮਿਕ ਹੈ, ਜਿੰਨੀ ਰਾਜਨੀਤਿਕ ਹੈ, ਯਾਦ ਰੱਖਿਆ ਜੇ ਓਨੀ ਮਾਨਸਿਕਤਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਉਨੀ ਹੀ ਜ਼ਿਆਦਾ। ਤੇ ਜੇ ਆਰੰਭਤਾ ਜਪਜੀ ਸਾਹਿਬ ਤੋਂ ਜਾਵੇ ਤੇ ਜਪਜੀ ਸਾਹਿਬ ਦੇ ਜੇ ਪਾਵਨ ਬੋਲ ਜਿਹਨ ਦੇ ਵਿੱਚ ਬੈਠ ਜਾਣ ਤੇ ਗੱਲ ਬੜੀ ਸੁਭਾਵਕ, ਫਿਰ ਸਾਰਾ ਦਿਨ ਦਿਮਾਗ ਦੇ ਵਿੱਚ ਫਿਰ ਉਹੀ ਬੋਲ, ਉਹੀ ਜਪਜੀ ਸਾਹਿਬ, ਉਹੀ ਅਹਿਲੇ ਕਲਾਮ ਘੁੰਮਦਾ ਰਹੇਗਾ। ਇਸ ਲਈ ਪਾਤਸ਼ਾਹ ਨੇ ਇੱਥੇ ਪਾਵਨ ਬੋਲ ਕਹੇ ਨੇ ਵਿਨਾਸ਼ੀ ਜੀਅਨ ਉਹ ਦਾਤਾ, ਉਹ ਵਿਨਾਸ਼ੀ ਪ੍ਰਭੂ ਜੀਆਂ ਨੂੰ ਦਾਤਾ ਦੇਣ ਵਾਲਾ, ਸਿਮਰਤ ਸਭ ਮਲ ਕੋਈ, ਉਹਦੀ ਬੰਦਗੀ ਕਰਕੇ, ਉਹਨੂੰ ਯਾਦ ਕਰਕੇ ਜਿੰਨੇ ਮਨ ਦੀ ਮੈਲ ਹੈ ਸਾਰੀ ਕੱਟੀ ਜਾਂਦੀ ਹੈ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ, ਹੁਣੇ ਫਿਰ ਬੋਲ ਸਮਝਣ ਵਾਲੇ ਵਾਲੇ ਗੁਣ ਨਿਧਾਨ ਦਾ ਭਾਵ ਹੈ ਪਰਮਾਤਮਾ ਗੁਣਾਂ ਦਾ ਖਜ਼ਾਨਾ, ਤੇ ਬਰਤਨ ਦਾ ਭਾਵ ਸਹਾਰਾ। ਗੁਣ ਨਿਧਾਨ ਭਗਤਨ ਕੋ ਬਰਤਨ, ਜਿਹੜਾ ਪਰਮਾਤਮਾ ਗੁਣਾਂ ਦਾ ਖਜ਼ਾਨਾ ਅਸਲ ਦੇ ਵਿੱਚ ਉਹੀ ਭਗਤਾਂ ਦਾ ਸਹਾਰਾ।
ਅਸੀਂ ਬਾਬਾ ਕਬੀਰ ਜੀ ਦਾ ਬਚਨ ਪੜ੍ਹਨੇ ਆ। ਜੈਸੇ ਮੰਦਰ ਮੈਂ ਬਲਹਰਨਾ ਠਾਰਾ, ਨਾਮ ਬਿਨਾ ਕਿਸ ਪਾਰ ਉਤਾਰੇ। ਹੁਣ ਤੁਹਾਡੇ ਸਾਹਮਣੇ ਆ ਬਿਲਡਿੰਗ, ਇਹਦਾ ਸਹਾਰਾ ਕੀ, ਇਹਦਾ ਬੇਸ ਕੀ? ਆ ਪਿੱਲਰ, ਆ ਬੀਮ, ਆ ਸਰੀਆ, ਸੀਮਟ, ਜੇ ਪਿੱਲਰ ਨਾ ਹੋਣਾ, ਬੀਮ ਨਾ ਹੋ, ਵਿੱਚ ਸਰੀਆ ਨਾ ਹੋਵੇ, ਸਪੋਰਟ ਨਾ ਹੋਵੇ, ਤੇ ਕੀ ਇਹ ਮੰਜ਼ਿਲ ਦੀ ਇਮਾਰਤ ਟਿਕ ਸਕਦੀ ਹੈ? ਰੁਕ ਜੇ, ਕਿਸੇ ਕੀਮਤ ਤੇ ਨਹੀਂ ਰੁਕ ਸਕਦੀ। ਜੈਸੇ ਮੰਦਰ ਮੈਂ ਬਲਹਰ ਨਾ ਠਾਰਾ, ਮੰਦਰ ਦਾ ਭਾਵ ਹੈ ਇਮਾਰਤ, ਬਲਹਰ ਦਾ ਭਾਵ ਹੈ ਸ਼ਕਤੀ, ਜਿਹਨੂੰ ਅੱਜ ਦੇ ਸਮੇਂ 'ਚ ਅਸੀਂ ਕਹਿ ਸਕਦੇ ਹਾਂ ਸਪੋਰਟ, ਬੀਮ ਕਹਿ ਸਕਦੇ ਹਾਂ, ਥੰਮ ਕਹਿ ਸਕਦੇ ਹਾਂ। ਜਿਵੇਂ ਮੰਦਰ ਇਮਾਰਤ ਬਿਨਾਂ ਸ਼ਕਤੀ ਤੋਂ, ਬਿਨਾਂ ਕਿਸੇ ਸਪੋਰਟ ਤੋਂ ਨਹੀਂ ਠਹਿਰ ਸਕਦੀ, ਨਾ ਬਿਨਾਂ ਕੈਸੇ ਪਾਰ ਉਤਰੇ। ਬਾਬਾ ਕਬੀਰ ਜੀ ਆਖਦੇ ਨੇ ਫਿਰ ਪ੍ਰਾਣੀ ਦੱਸ, ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਵੇਂ ਪਾਰ ਉਤਰੇ? ਨਹੀਂ ਉਤਰ ਸਕਦਾ। ਤੇ ਮੈਂ ਹੁਣ ਬੋਲ ਕਹਿ ਕੇ ਅੜਿਆ, ਅੰਮ੍ਰਿਤ ਵੇਲੇ ਦਾ ਕਨਸੈਪਟ ਇੱਥੋਂ ਹੀ ਆਰੰਭ ਹੁੰਦਾ ਹੈ, ਕਿਉਂਕਿ ਸਵੇਰ ਇੱਕ ਨਵੀਂ ਜ਼ਿੰਦਗੀ ਹੈ, ਅੰਮ੍ਰਿਤ ਵੇਲਾ ਇੱਕ ਨਵੀਂ ਜ਼ਿੰਦਗੀ ਹੈ। ਤੇ ਜੇ ਨਵੀਂ ਜ਼ਿੰਦਗੀ, ਨਵੀਂ ਸਵੇਰ ਜਪਜੀ ਸਾਹਿਬ ਤੋਂ ਆਰੰਭ ਹੋ ਜਾਏ, ਤੇ ਸੁਭਾਵਿਕ ਦੀ ਗੱਲ ਹੈ ਵੀ ਸਾਰੀ ਦਿਹਾੜੀ ਫਿਰ ਬੋਲ ਦਿਮਾਗ ਦੇ ਵਿੱਚ, ਮਾਇੰਡ ਵਿੱਚ ਘੁੰਮਦੇ ਰਹਿੰਦੇ ਨੇ। ਤੇ ਮਾਫ਼ ਕਰਨਾ, ਜੇ ਅੰਮ੍ਰਿਤ ਵੇਲਾ, ਜੇ ਸਵੇਰ, ਜੇ ਬੰਦੇ ਦੇ ਗਾਣਿਆਂ ਤੋਂ ਆਰੰਭ ਹੋ ਜਾਵੇ, ਸਿਰਫ ਫਿਲਮਾਂ ਤੋਂ ਆਰੰਭ ਹੋ ਜਾਵੇ, ਸਿਰਫ ਨਾਟਕ ਚੇਟਕ ਤੋਂ ਆਰੰਭ ਹੋ ਜਾਵੇ, ਤੇ ਗੱਲਾਂ ਆਮ ਨੇ, ਉਹ ਸਾਰਾ ਦਿਨ ਫਿਰ ਉਹੀ ਬੋਲ ਮਾਇੰਡ ਵਿੱਚ ਘੁੰਮਦੇ ਰਹਿਣਗੇ। ਇਸ ਲਈ ਹਜ਼ੂਰ ਨੇ ਬੋਲ ਕੇ ਨੇ, ਗੁਣ ਨਿਦਾਨ ਉਹ ਪ੍ਰਭੂ ਜੋ ਗੁਣਾਂ ਦਾ ਖਜ਼ਾਨਾ, ਭਗਤਨ ਕੋ ਬਰਤਨ, ਉਹੀ ਭਗਤਾਂ ਦੇ ਜ਼ਿੰਦਗੀ ਦਾ ਸਹਾਰਾ। ਬਿਰਲਾ ਪਾਵੇ ਕੋਈ, ਲੇਕਿਨ ਕੋਈ ਟਾਵਾਂ ਟਾਵਾਂ ਮਨੁੱਖ ਹੈ ਵੀ ਜੋ ਸੰਸਾਰ ਦੇ ਰੂਪ ਰੰਗ ਸੁਗੰਧ ਨੂੰ ਤਿਆਗ ਕੇ ਇਸ ਬੋਲ ਨੂੰ, ਇਸ ਅਹਿਲੇ ਕਲਾਮ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਟਿਕਾ ਦਿੰਦਾ, ਤੇ ਹਾਉ ਦੇ ਬੰਚ ਹੀ ਬਖਸ਼ਿਸ਼ ਹੈ। ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਇਹ ਮੇਰੇ ਮਨ ਉਸ ਗੋਪਾਲ ਉਸ ਪ੍ਰਭੂ ਨੂੰ ਜਪ, ਜਾ ਕੇ ਸ਼ਰਨ ਪਿਆ ਸੁਖ ਪਾਈ ਹੈ। ਜਿਹਦੀ ਸ਼ਰਨ ਦੇ ਵਿੱਚ ਪਹੁੰਚ ਕੇ ਬੰਦਾ ਸੁੱਖ ਪ੍ਰਾਪਤ ਕਰ ਲੈਂਦਾ ਹੈ, ਬਹੁੜ ਦੁੱਖ ਨਾ ਹੋਏ, ਫਿਰ ਜ਼ਿੰਦਗੀ ਦੇ ਵਿੱਚ ਪਰਤ ਕੇ ਮੁੜ ਕੇ ਦੁੱਖ ਨਹੀਂ ਆਉਂਦੇ। ਤੇ ਅਖੀਰਲੇ ਬੋਲਾਂ ਵਿੱਚ ਪਾਤਸ਼ਾਹ ਨੇ ਬਚਨ ਕਹੇ ਨੇ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟਤ ਦੁਰਮਤ ਖੋਈ। ਉਹ ਬੜੇ ਵੱਡੇ ਭਾਗਾਂ ਵਾਲੇ ਮਨੁੱਖ ਨੇ ਜਿਨ੍ਹਾਂ ਨੇ ਸਾਧਾਂ ਦੀ ਸੰਗਤ ਪ੍ਰਾਪਤ ਕਰ ਲਈ ਹੈ, ਤਿੰਨ ਪੇਟਤ ਦੁਰਮਤ ਖੋਈ।
ਉਹਨਾਂ ਦੇ ਮਿਲਣ ਦੇ ਨਾਲ ਸੰਗਤ ਕਰਨ ਦੇ ਨਾਲ ਭੈੜੀ ਮਤ ਖਤਮ ਹੋ ਜਾਂਦੀ ਹੈ। ਤਿਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪੁਰਵੀ। ਤੇ ਪੰਜਵੇਂ ਪਾਤਸ਼ਾਹ ਬਚਨ ਕਰਦੇ ਨੇ ਫਿਰ ਨਾਨਕ ਦਾ ਦਾਸ, ਨਾਨਕ ਦਾਸ ਉਹਨਾਂ ਦੀ ਧੂੜ ਮੰਗਦਾ, ਉਹਨਾਂ ਦੀ ਸੰਗਤ ਮੰਗਦਾ ਜਿਨ ਹਰ ਨਾਮ ਹਿਰਦੈ ਪੁਰੋਈ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਅੰਦਰ ਪਰੋਲੇ, ਆਪਣੇ ਹਿਰਦੇ ਦੇ ਅੰਦਰ ਟਿਕਾ ਲਿਆ। ਇਸ ਸੋਠ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ 617 ਅੰਗ ਤੇ ਇਹ ਪਾਵਨ ਬੋਲ ਸਨ, ਜੋ ਸਾਹਿਬ ਜੀ ਨੇ ਅਪਾਰ ਕਿਰਪਾ ਕਰਕੇ ਆਪਣੇ ਵਿਚਾਰ ਆਪ ਕਰਵਾਈ ਹੈ। ਸਾਹਿਬ ਜੀ ਦਾ ਧੰਨਵਾਦ, ਆਪ ਸਮੂਹ ਸੰਗਤਾਂ ਦਾ ਧੰਨਵਾਦ। ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਅਦਬ ਪਿਆਰ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ, ਮਨ ਦੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆਪ ਤੋਂ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ, ਸਭ ਸਵਾਰਨਾ ਸਭਨਾ ਗੱਲਾਂ ਸਮਰਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੀ ਸ਼ੈ ਜਿਸ ਦੇ ਸੋ ਪਾਵੇ, ਸਦਾ ਸਿਮਸਾ ਲਾ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਨੋ ਸੰਤੋ ਸ਼ਬਦ ਤੁਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰਸ ਪਾਗੈ, ਕਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਜਿਨ ਕੋ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਨੋ ਵੱਡ ਪਾਕੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ।